ਕਿ ਮੇਰਾ ਨਾਮ ਸੁਮਨਦੀਪ ਕੌਰ ਹੈ ਅਤੇ ਮੈਂ ਇੱਕ ਛੋਟਾ ਜਿਹਾ ਸੈਟਅਪ ਚਾਲੂ ਕੀਤਾ। ਤੁਸੀਂ ਮਨਚੂਰੀਅਨ ਤਾਂ ਬਹੁਤ ਖਾਧੇ ਹੋਣਗੇ, ਲੇਕਿਨ ਅੱਜ ਮੈਂ ਤੁਹਾਨੂੰ ਖਵਾਉਣ ਜਾ ਰਹੀ ਹਾਂ ਮਨਚੂਰੀਅਨ ਵਾਲੇ ਛੋਲੇ। ਮੇਰਾ ਹੈਗਾ ਘਰ ਕਿਰਾਏ ਦਾ ਜੀ, ਬੱਚੇ ਦੀ ਫੀਸਾਂ ਹੈਗੀਆਂ, ਹੋਰ ਬੜੇ ਖਰਚੇ ਹੈਗੇ ਨੇ। ਮੈਂ ਵਾਈਫ ਨੂੰ ਇੱਕ ਆਹ ਕੰਮ ਕਰਾ ਕੇ ਕਾਰਡ ਲਾ ਕੇ ਦਿੱਤੀ ਹੈ, ਨਾਲ ਹੀ ਮੇਰੇ ਲਾਉਂਦੀ ਆ। ਸ਼ੁਰੂਆਤ ਆਪਣੀ ਬਾਬੇ ਦੇ ਨਾਮ ਲੈ ਕੇ ਹੁੰਦੀ ਹੈ, ਅਰਦਾਸ ਕਰਕੇ ਹੁੰਦੀ ਹੈ। ਰਾਜਮਾ ਚੌਲ ਨੇ ਅਤੇ ਫੁਲਕਾ ਹੈ, ਚਟਨੀ ਮੇਰੀ ਸਪੈਸ਼ਲ ਚਟਨੀ ਵੀ ਹੈਗੀ ਹੈ ਜੀ, ਅਤੇ ਨਾਲ ਨਿਊਟਰੀ ਆਲੂ, ਕਦੀ ਮਟਰ ਆਲੂ ਵੀ ਲੈ ਕੇ ਆ ਰਹੇ ਹਾਂ। ਬਹੁਤ ਵਧੀਆ, ਬਿਲਕੁਲ ਘਰ ਵਰਗਾ ਸਵਾਦ ਹੈ। ਅਗਰ ਆਪਾਂ ਸਮਾਜ ਦੀ ਪਰਵਾਹ ਕਰਾਂਗੇ ਨਾ ਤਾਂ ਆਪਾਂ ਜੀ ਨਹੀਂ ਪਾਉਣਾ, ਸਮਾਜ ਤਾਂ ਕਿਸੇ ਨੂੰ ਦੁਨੀਆ 'ਚ ਰਹਿਣ ਹੀ ਨਹੀਂ ਦੇਣਾ ਚਾਹੁੰਦਾ। ਨਹੀਂ ਸਰ, ਕੰਮ ਛੋਟਾ ਵੱਡਾ ਨਹੀਂ ਆ, ਮਿਹਨਤ ਕਰ ਰਹੇ ਆ, ਸਗੋਂ ਸਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਅਤੇ ਖਾਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਮਨਦੀਪ ਕੌਰ ਹੈ ਅਤੇ ਮੈਂ ਇੱਕ ਛੋਟਾ ਜਿਹਾ ਸੈਟਅਪ ਚਾਲੂ ਕੀਤਾ। ਪਹਿਲਾਂ ਮੈਂ ਆਪਣੇ ਹਸਬੈਂਡ ਨਾਲ ਸ਼ਰਦਾਈ ਦਾ ਵੀ ਕਰਦੀ ਹਾਂ ਨਾਲ ਅਤੇ ਆਪਾਂ ਆਪਣਾ ਆਹ ਵਾਲਾ ਸੈਟਅਪ ਵੀ ਚਾਲੂ ਕਰਦੇ ਹਾਂ। ਮੈਂ ਜਾਇਕਾ ਪਹੁੰਚਾ ਰਹੀ ਹਾਂ ਮਨਚੂਰੀਅਨ ਵਾਲੇ ਛੋਲੇ। ਤੁਸੀਂ ਮਨਚੂਰੀਅਨ ਤਾਂ ਬਹੁਤ ਖਾਧੇ ਹੋਣਗੇ, ਲੇਕਿਨ ਅੱਜ ਮੈਂ ਤੁਹਾਨੂੰ ਖਵਾਉਣ ਜਾ ਰਹੀ ਹਾਂ ਮਨਚੂਰੀਅਨ ਵਾਲੇ ਛੋਲੇ। ਉਹ ਰਾਜਮਾ ਚੌਲ ਨੇ ਅਤੇ ਫੁਲਕਾ ਹੈ, ਚਟਨੀ ਮੇਰੀ ਸਪੈਸ਼ਲ ਚਟਨੀ ਵੀ ਹੈਗੀ ਹੈ ਜੀ, ਅਤੇ ਨਾਲ ਨਿਊਟਰੀ ਆਲੂ, ਕਦੀ ਮਟਰ ਆਲੂ ਵੀ ਲੈ ਕੇ ਆ ਰਹੇ ਹਾਂ ਜੀ। ਵੀਰ ਜੀ, ਹਾਲਾਤ ਕੁਝ ਇਸ ਤਰ੍ਹਾਂ ਬਣੇ ਨੇ ਕਿ ਨੌਕਰੀਆਂ ਅੱਜ ਕੱਲ੍ਹ ਰਹਿ ਨਹੀਂ ਗਈਆਂ ਅੰਮ੍ਰਿਤਸਰ 'ਚ, ਪੰਜਾਬ 'ਚ ਆਪਣੇ ਕਈ ਕਾਰੋਬਾਰ ਹੈ ਨਹੀਂ ਗੇ। ਨੌਕਰੀ ਮੈਂ ਬਹੁਤ ਕੀਤੀ ਆ, ਮੈਂ ਇੱਕ ਇੰਪਲੋਇਰ ਰਿਹਾ, ਪ੍ਰਾਈਵੇਟ ਡਿਲੀਵਰੀ ਲਾਈਨ 'ਚ ਮੈਂ ਰਿਹਾ। ਮੇਰਾ ਸਰ ਲਾਈਨ ਜੋ ਸੀ ਉਹ ਡਿਲੀਵਰੀ ਲਾਈਨ ਸੀ। ਮੈਂ ਸਵੇਰੇ ਪਾਰਸਲ ਜੋਬ ਕਰਨੀ, ਰਾਤ ਨੂੰ ਜੋਮੈਟੋ ਡਿਲੀਵਰੀ ਕਰਨੀ, ਕਦੇ ਬਲਿੰਕਡ ਕਰਨੀ। ਅਤੇ ਵੀਰ ਜੀ, ਇਸ ਤਾਂ ਗੱਲ ਇਸ ਤਰ੍ਹਾਂ ਹੈਗੀ ਆ ਕਿ ਮੇਰਾ ਘਰ ਜੋ ਹੈਗਾ ਉਹ ਹੈਗਾ ਰੈਂਟ ਦਾ, ਮੈਂ ਆਪਣੇ ਕਿਰਾਏ 'ਚ ਆਪਣੇ ਮਕਾਨ 'ਤੇ ਨਹੀਂ ਰਹਿੰਦਾ। ਮੇਰਾ ਹੈਗਾ ਘਰ ਕਿਰਾਏ ਦਾ ਜੀ। ਬੱਚੇ ਦੀ ਫੀਸਾਂ ਹੈਗੀਆਂ, ਹੋਰ ਬੜੇ ਖਰਚੇ ਹੈਗੇ ਨੇ ਘਰ ਦੇ, ਤੁਹਾਨੂੂੰ ਪਤਾ ਹੀ ਹੈਗਾ। ਬਸ ਆਏ ਆਪਣੇ ਕੰਮ 'ਤੇ ਬਹੁਤ ਰਾਹਤ ਹੈ, ਕਿਸੇ ਦੀ ਨੌਕਰੀਆਂ ਨਹੀਂ ਹੁੰਦੀਆਂ। ਮੇਰੇ ਹਸਬੈਂਡ ਨੇ ਬਹੁਤ ਨੌਕਰੀ ਕਰਕੇ ਦੇਖ ਲਈ ਸਾਰਿਆਂ ਦੀ, ਪਰ ਨਾ ਸਕੂਨ। ਇੱਕ ਤਾਂ ਡਿਲੀਵਰੀ ਕਰਨਾ ਤੁਹਾਨੂੰ ਪਤਾ ਹੀ ਅੱਜ ਦੇ ਦੌਰ 'ਤੇ ਕਿੰਨਾ ਹੋ ਗਿਆ, ਲੁੱਟਖੋਰ ਬੜੀ ਹੁੰਦੀ ਹੈ, ਅਤੇ ਆਪਣਾ ਕੰਮ ਸਭ ਤੋਂ ਬੈਸਟ ਹੈ। ਭਾਵੇਂ ਛੋਟਾ ਸੈਟਅਪ ਹੈ ਪਰ ਸਕੂਨ ਹੈਗਾ। ਆਪਣੀ ਬੇਟੀ ਨੂੰ ਪਾਇਆ ਸੀ ਸਕੂਲ ਅਤੇ ਇੱਕ ਮਹੀਨਾ ਟੀਚਿੰਗ ਕਰਕੇ ਦੇਖੀ, ਸੈਲਰੀ ਬਹੁਤ ਘੱਟ ਹੈ ਅਤੇ ਰਿਸਕ ਵੀ ਬਹੁਤ ਹੁੰਦਾ ਹੈ ਕਿ ਬੰਦਾ ਕਿੰਨੇ ਟਾਈਮ ਬਾਅਦ। ਮੈਂ ਸਕੂਲ ਜੁਆਇਨ ਕੀਤਾ ਸੀ ਤਾਂ ਕਰਕੇ ਮੈਂ ਸੋਚਿਆ ਕਿ ਨਹੀਂ, ਆਪਣਾ ਕੰਮ ਹੀ ਸਭ ਤੋਂ ਬੈਸਟ ਹੈ। ਮੁੜ ਕੇ ਮੈਂ ਵਾਈਫ ਨੂੰ ਇੱਕ ਆਹ ਕੰਮ ਕਰਾ ਕੇ ਕਾਰਡ ਲਾ ਕੇ ਦਿੱਤੀ ਹੈ, ਨਾਲ ਹੀ ਮੇਰੇ ਲਾਉਂਦੀ ਆ। ਅਤੇ ਇਹਦੀ ਆਪਣੀ ਡਿਸ਼ ਹੈਗੀ, ਆਪਣੀ ਕ੍ਰੀਏਟ ਕੀਤੀ ਡਿਸ਼ ਹੈਗੀ ਹੈ ਮਨਚੂਰਨ ਵਾਲੇ ਛੋਲੇ ਚੌਲ। ਅਤੇ ਇਹ ਅਸੀਂ ਮਾਰਕੀਟ 'ਚ ਲੈ ਕੇ ਆਉਣਾ ਚਾਹੁੰਦੇ ਹੀ, ਸਾਡਾ ਇੱਕ ਸੁਪਨਾ ਵੀ ਹੈਗਾ ਸੀ, ਮਤਲਬ ਇਹ ਅਸੀਂ ਚੀਜ਼ ਲੋਕਾਂ ਨੂੰ ਵਧੀਆ ਖਵਾਈਏ, ਅਤੇ ਉਹ ਅਸੀਂ ਹੁਣ ਸਾਡਾ ਸਬੱਬ ਬਣਿਆ ਅਤੇ ਅਸੀਂ ਮਾਰਕੀਟ 'ਤੇ ਆਏ ਹਾਂ। ਅਤੇ ਇਸ ਕਰਕੇ ਬਸ ਇਹ ਹਾਲਾਤ ਬਣੇ ਨੇ ਵੀਰ ਜੀ ਸਾਡੇ, ਬਾਕੀ ਗੁਰੂ ਮਹਾਰਾਜ ਜਾਣੀ ਜਾਣੇਗਾ। ਅਗਰ ਆਪਾਂ ਸਮਾਜ ਦੀ ਪਰਵਾਹ ਕਰਾਂਗੇ ਨਾ ਤਾਂ ਆਪਾਂ ਜੀ ਨਹੀਂ ਪਾਉਣਾ, ਸਮਾਜ ਤਾਂ ਕਿਸੇ ਨੂੰ ਦੁਨੀਆ 'ਚ ਰਹਿਣ ਹੀ ਨਹੀਂ ਦੇਣਾ ਚਾਹੁੰਦਾ। ਆਪਾਂ ਸਮਾਜ ਦੀ ਬਿਨਾਂ ਪਰਵਾਹ ਕੀਤੇ ਆਪਣਾ ਕੰਮ ਚਾਲੂ ਕੀਤਾ, ਨਾਲ ਆਪਣੀ ਬੇਟੀ ਦਾ ਫਿਊਚਰ ਵੀ ਦੇਖਣਾ ਹੈ। ਕੱਲ੍ਹ ਦੇ ਦਿਨ ਆਪਣੇ ਕੰਮ ਤੋਂ ਬੱਚਤ ਵੀ ਅੱਛੀ ਹੁੰਦੀ, ਕਿਸੇ ਦੀ ਨੌਕਰੀ ਕਰੋ ਕੋਈ ਬੱਚਤ ਨਹੀਂ ਕੁਛ ਨਹੀਂ, ਲੇਕਿਨ ਆਪਣਾ ਕੰਮ ਬੰਦਾ ਕਰਦਾ ਹੈ ਅਤੇ ਅੱਜ ਨਹੀਂ ਮਹੀਨੇ ਬਾਅਦ ਨਹੀਂ, ਰੁਕ ਰੁਕ ਕੇ ਬੱਚਤ ਚਾਲੂ ਹੋ ਜਾਂਦੀ ਹੈ। ਮੈਂ 5:30 ਵਜੇ ਤੱਕ ਉੱਠ ਕੇ ਸਾਰਾ ਕੁਝ ਰੈਡੀ ਕਰਨ ਲੱਗਦੀ ਹਾਂ, 9:30 ਵਜੇ ਤੱਕ ਰੈਡੀ ਹੋ ਜਾਂਦਾ ਅਤੇ 10:30 ਵਜੇ ਤੱਕ ਆਪਾਂ ਇੱਥੇ ਆ ਜਾਂਦੇ। ਕਿੰਨੇ ਪੈਸਿਆਂ 'ਚ ਲੋਕਾਂ ਨੂੰ ਪਹੁੰਚਾ ਦਿੰਦੇ ਹੋ? ਮੈਂ ਬਹੁਤ ਸਸਤੇ ਅਤੇ ਬਹੁਤ ਘੱਟ ਰੇਟ ਅਤੇ ਬਹੁਤ ਵਧੀਆ ਕੁਆਲਿਟੀ ਦੀ ਚੀਜ਼ ਖਵਾ ਰਹੀ ਹਾਂ, 30 ਰੁਪਏ ਅਤੇ 40 ਰੁਪਏ। ਲੋਕੇਸ਼ਨ ਆਪਣੀ ਸ਼ਹੀਦਾਂ ਸਾਹਿਬ ਤੋਂ ਗੜਵਾਲੀ ਗੇਟ, ਅਤੇ ਗੜਵਾਲੀ ਗੇਟ ਤੋਂ ਪਹਿਲਾਂ 5 ਪੀਰਾਂ ਦੀ ਦਰਗਾਹ ਪੈਂਦੀ ਹੈ, ਬਸ ਜਸਟ ਉਹਦੇ ਨਾਲ ਲਾਈ ਹੋਈ ਆਪਾਂ। ਆਪਾਂ 10:30 ਵਜੇ ਤੱਕ ਇੱਥੇ ਆ ਜਾਂਦੇ ਹਾਂ।